ਬਦਬਖਤ ਨੇ ਉਹ ਜਿਹੜੇ ਪੁੱਜਦੇ ਆ ਵੀ ਬੂਏ ਯਾਰ ਤੇ ਜਾ ਨਾ ਸਕੇ। ਜਦਾਂ ਇਹ ਕਾਫਲਾ ਮੇਰੇ ਨਾਲ ਸੀ, ਪੰਜਾਂ ਬੰਦਿਆਂ ਦਾ ਕਾਫਲਾ ਗਏ ਮਦੀਨੇ ਤੋਂ ਮੱਕੇ ਦੇ ਦਰਮਿਆਨ ਚ, ਮੈਂ ਸ਼ੇਰ ਲਿਖਿਆ। ਕਿਉਂ ਲਿਖਿਆ? ਬਦਬਖਤ ਨੇ ਉਹ ਜਿਹੜੇ ਪੁੱਜਦੇ ਆ ਵੀ ਬੂਏ ਯਾਰ ਤੇ ਜਾ ਨਾ ਸਕੇ। ਮੈਨੂੰ ਗਵੇੜ ਆਇਆ ਕਿ ਹਾਜੀ ਅਮੀਰ ਅਲੀ ਮੇਰੇ ਨਾਲ ਨੇ, ਯਕੀਨਨ ਇਹਨਾਂ ਤੋਂ ਵੱਡੇ ਵੱਡੇ ਜ਼ਿਮੀਂਦਾਰ ਨੇ ਜਿਨ੍ਹਾਂ ਨੂੰ ਹਾਲੇ ਤੱਕ ਜ਼ਿਆਰਤ ਨਹੀਂ ਹੋਈ। ਜ਼ਿਆਰਤ ਨਹੀਂ ਹੋਈ, ਜ਼ਿਆਰਤ ਆਉਂਦੀ ਨਸੀਬਾਂ ਨਾਲ। ਤੇ ਕੁਝ ਬੰਦੇ ਬੂਏ ਉੱਤੇ 15-20 ਢੋਰ ਬੰਨ ਲੈਂਦੇ ਨੇ, ਟਰਾਲੀ ਟਰੈਕਟਰ ਲੈ ਲੈਂਦੇ ਨੇ, ਪੁੱਤਰ ਜ਼ਿੱਦ ਕਰੇ 1-5 ਲੈ ਕੇ ਦੇ ਛੱਡਦੇ ਨੇ, ਪੁੱਤਰ ਦੀ ਸ਼ਾਦੀ ਹੋਵੇ 5-7 ਲੱਖ 10 ਲੱਖ ਰੁਪਈਆ ਜ਼ਾਇਆ ਕਰ ਦਿੰਦੇ ਨੇ। ਲੇਕਿਨ ਜੇ ਮੇਰੇ ਵਰਗਾ ਕੋਈ ਫਕੀਰ ਆਖੇ ਕਿ ਤੂੰ ਵੀ ਉਮਰਾ ਕਰ ਰਿਹਾ, ਤੇ ਆਂਦੇ ਨੇ ਜੇ ਰੱਬ ਸੱਦਿਆ ਤੇ ਮੈਂ ਵੀ ਵਗ ਜਾ ਸਾਂ। ਰਾਏ ਜਵੇਦ ਖਾਂ ਉਹਦੇ ਰੱਬ ਤੇ ਗੱਲ ਆ ਗਈ, ਅਜੇ ਐਦੂ ਘੱਟੇ ਉਡਾ ਛੱਡੇ, ਐਦੂ ਘੱਟੇ ਉਡਾ ਛੱਡੇ। ਲਿਖਣਾ ਪੈ ਗਿਆ ਕਿ ਬਦਬਖਤ ਨੇ ਉਹ ਜਿਹੜੇ ਪੁੱਜਦਿਆਂ ਵੀ ਬੂਏ ਯਾਰ ਤੇ ਜਾ ਨਾ ਸਕੇ। ਜਿਸ ਦਰ ਤੇ ਝਾੜੂ ਦੇਣ ਨੂੰ ਤਰਸਣ, ਜਿਸ ਦਰ ਤੇ ਝਾੜੂ ਦੇਣ ਨੂੰ ਤਰਸਣ, ਹਾਂ ਹਾਂ ਹਾਜੀ ਰਾਏ ਅਮੀਰ ਅਲੀ ਖਾਂ ਮੇਰੇ ਨਾਲ ਐਣ, ਜੰਨਤੁਲ ਬਕੀ ਦੇ ਵਿੱਚ ਮੇਰੀ ਨੌਕਰੀ ਹੋਈ, ਮੇਰੀ ਹਾਜ਼ਰੀ ਹੋਈ। ਇੱਕ ਬੰਦਾ ਝਾੜੂ ਦੇਂਦਾ ਮੰਨਦਾ, ਮੇਰਾ ਦਿਲ ਬਣ ਗਿਆ। ਕਦੇ ਇਹ ਬੰਦਾ ਝਾੜੂ ਮੈਨੂੰ ਪਕੜਾ ਦੇਵੇ, ਮੇਰੀ ਨੌਕਰੀ ਪੂਰੀ ਹੋ ਜਾਵੇ, ਮੇਰੀ ਹਾਜ਼ਰੀ ਪੂਰੀ ਹੋ ਜਾਵੇ। ਉਸ ਬੰਦੇ ਨੇ ਨੂਰ ਭਾਈ, ਉਸ ਬੰਦੇ ਨੇ ਮੈਨੂੰ ਝਾੜੂ ਤੇ ਪਕੜਾ ਦਿੱਤਾ। ਲੇਕਿਨ ਉਸ ਨੂੰ ਜਦੋਂ ਪਤਾ ਚੱਲਿਆ ਨਾ ਕਿ ਇਹ ਝਾੜੂ ਜ਼ਮੀਨ ਤੇ ਫੇਰਨਾ ਚਾਹੁੰਦਾ ਹੈ, ਮੇਰੇ ਹੱਥ ਵਿੱਚੋਂ ਝਾੜੂ ਪਕੜ ਕੇ ਆਖਦਾ ਹੈ, ਨਾ ਬਾਬਾ ਨਾ, ਇਹ ਤੇਰੀ ਡਿਊਟੀ ਨਹੀਂ, ਇਹ ਮੇਰੀ ਡਿਊਟੀ ਹੈ, ਮੇਰਾ ਕੰਮ ਤੂੰ ਕਰੇਗਾ, ਮੇਰਾ ਮਾਲਕ ਮੈਨੂੰ ਸਜ਼ਾ ਦੇਵੇਗਾ, ਤਨਖਾਹ ਤੂੰ ਨਹੀਂ ਲੈਂਦਾ, ਮੈਂ ਲੈਂਦਾ। ਮੇਰੇ ਹੱਥ ਦੇ ਵਿੱਚੋਂ ਜਦੋਂ ਝਾੜੂ ਪਕੜਿਆ ਨਾ, ਮੇਰੀਆਂ ਅੱਖਾਂ ਦੇ ਵਿੱਚੋਂ ਅੱਜ ਯੂਸਫ ਸਾਹਿਬ ਅੱਥਰੂ ਆ ਗਏ, ਅੰਸੂ ਆ ਗਏ। ਮੈਂ ਆਖਿਆ ਯਾ ਅੱਲਾਹ, ਤੂੰ ਮੈਨੂੰ ਆਪਣੇ ਮਹਿਬੂਬ ਦੇ ਦਰ ਤੇ ਬੁਲਾਇਆ ਤੇ ਸਹੀ, ਪਰ ਉਸ ਦਾ ਗੋਲਾ ਨਹੀਂ ਬਣਾਇਆ ਕਿ ਉਸ ਦੇ ਦਰ ਦਾ ਝਾੜੂ ਦੇ ਲਵਾਂ, ਲਿਖਣਾ ਪੈ ਗਿਆ ਕਿ ਬਦਬਖਤ ਨੇ ਉਹ ਜਿਹੜੇ ਪੁੱਜਦਿਆਂ ਵੀ ਬੂਏ ਯਾਰ ਤੇ ਜਾ ਨਾ ਸਕੇ। ਜਿਸ ਦਰ ਤੇ ਝਾੜੂ ਦੇਣ ਨੂੰ ਤਰਸਣ, ਕਈ ਕਾਲੇ ਤੇ ਕਈ ਬੱਗੇ ਗਫਲਤ ਵਿੱਚ ਵਾਜਦ ਉਮਰ ਗੁਜ਼ਰ ਗਈ। ਜਿਹੜਾ ਬੰਦਾ ਗਿਆ ਏ ਉਹਦੇ ਤੋਂ ਪੁੱਛੋ, 100 ਸਾਲ ਦੀ ਉਮਰ ਲੈ ਕੇ ਮੱਕੇ ਮਦੀਨੇ ਚਲਾ ਜਾਵੇ, ਉੱਥੇ ਜਾ ਕੇ ਪਤਾ ਲੱਗਦਾ ਹੈ ਕਿ 100 ਦਾ 100 ਸਾਲ ਠੱਟੇ ਸਰਵਾਰ ਕੇ ਜ਼ਾਇਆ ਕਰਕੇ ਆ ਗਿਆ, ਇਸ ਆਬਾਦੀ ਦੇ ਵਿੱਚ ਜ਼ਾਇਆ ਕਰਕੇ ਆ ਗਿਆ, ਪਾਕਿਸਤਾਨ ਦੇ ਵਿੱਚ ਜ਼ਾਇਆ ਕਰਕੇ ਆ ਗਿਆ। ਪੱਤੇ ਚਿਰਕੀਆਂ ਜਾ ਹਿਣ ਲੱਗੇ, ਕਾਇਨਾਤ ਦੇ ਮੰਜ਼ਰ ਕੁਝ ਵੀ ਨਹੀਂ ਸਰਕਾਰ ਦੇ ਰੋਜ਼ੇ ਅੱਗੇ। ਸੁਭਾਨੱਲਾਹ, ਕਾਇਨਾਤ ਦੇ ਮੰਜ਼ਰ ਕੁਝ ਵੀ ਨਹੀਂ ਸਰਕਾਰ ਦੇ ਰੋਜ਼ੇ ਅੱਗੇ।